ਸਸ਼ੀਕਾਲ ਮੈਂ ਸਿਮਰਨ ਫੈਕਟ ਇਸ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ। ਦੋਸਤੋ ਗੱਲ ਕਰੀਏ ਪ੍ਰਿਯੰਕਾ ਚੋਪੜਾ ਜੋਨਸ ਦੀ ਤਾਂ ਪ੍ਰਿਯੰਕਾ ਚੋਪੜਾ ਨੇ ਨਾ ਸਿਰਫ ਬਾਲੀਵੁੱਡ ਬਲਕਿ ਹਾਲੀਵੁੱਡ ਦੇ ਵਿੱਚ ਵੀ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਵਲ ਐਕਟ੍ਰੈਸ ਅਕਸਰ ਹੀ ਲਾਈਮ ਲਾਈਟ ਦੇ ਵਿੱਚ ਬਣੀ ਰਹਿੰਦੀ ਹੈ, ਕਦੇ ਆਪਣੇ ਫਿਲਮਾਂ ਨੂੰ ਲੈ ਕੇ ਤੇ ਕਦੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ। ਉਹਦੇ ਹੀ ਹਾਲ ਫਿਲਹਾਲ ਹੀ ਪ੍ਰਿਯੰਕਾ ਚੋਪੜਾ ਨੇ ਆਪਣੀ ਬੇਟੀ ਮਾਲਤੀ ਦੇ ਨਾਲ ਬੇਹੱਦ ਹੀ ਖੂਬਸੂਰਤ ਪਲ ਸਾਂਝਾ ਕੀਤਾ ਹੈ, ਜੋ ਕਿ ਦੇਖਦੇ ਦੇਖਦੇ ਸੋਸ਼ਲ ਮੀਡੀਆ ਤੇ ਹੋ ਗਿਆ ਵਾਇਰਲ। ਪ੍ਰਿਯੰਕਾ ਚੋਪੜਾ ਨਾ ਸਿਰਫ ਦੇਸ਼ ਵਿੱਚ ਸਗੋਂ ਵਿਦੇਸ਼ ਮਨੋਰੰਜਨ ਉਦਯੋਗ ਵਿੱਚ ਵੀ ਆਪਣੀ ਕਾਬਲੀਅਤ ਸਾਬਿਤ ਕਰਕੇ ਇੱਕ ਗਲੋਬਲ ਆਈਕਨ ਬਣ ਗਈ ਹੈ। ਪ੍ਰਤਿਭਾਸ਼ਾਲੀ ਅਭਿਨੇਤਰੀ ਨੇ 2018 ਵਿੱਚ ਹਾਲੀਵੁੱਡ ਐਕਟਰ ਐਂਡ ਸਿੰਗਰ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਇਸ ਜੋੜੀ ਨੇ ਜਨਵਰੀ 2022 ਵਿੱਚ ਸੈਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ ਆਪਣੇ ਘਰ ਦੇ ਵਿੱਚ। ਪ੍ਰਿਯੰਕਾ ਨੇ ਇਸ ਸਾਲ ਜਨਵਰੀ ਵਿੱਚ ਆਪਣੀ ਲਾਡਲੀ ਬੇਟੀ ਮਾਲਤੀ ਮੈਰੀ ਦਾ ਚਿਹਰਾ ਪਹਿਲੀ ਵਾਰ ਸਾਹਮਣੇ ਲਿਆਂਦਾ ਸੀ। ਪ੍ਰਿਯੰਕਾ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਛੋਟੀ ਬੇਟੀ ਦੀਆਂ ਪਿਆਰੀਆਂ ਤਸਵੀਰਾਂ ਦੀ ਅਪਡੇਟ ਦਿੰਦੀ ਰਹਿੰਦੀ ਹੈ। ਅਭਿਨੇਤਰੀ ਨੇ ਹਾਲ ਹੀ ਦੇ ਵਿੱਚ ਆਪਣੀ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਬੇਟੀ ਦੇ ਨਾਲ ਆਪਣੇ ਪਿਆਰੇ ਪਲ ਦੀ ਇੱਕ ਤਸਵੀਰ ਸਾਂਝਾ ਕੀਤੀ ਹੈ। ਤਸਵੀਰ ਵਿੱਚ ਪ੍ਰਿਯੰਕਾ ਚੋਪੜਾ ਆਪਣਾ ਮੇਕਅਪ ਕਰਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਮਾਲਤੀ ਮੈਰੀ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਉਸਦਾ ਗਲੈਮਰਸ ਸੈਸ਼ਨ ਦੇਖ ਰਹੀ ਹੈ। ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਛੋਟੀ ਮਾਲਤੀ ਆਪਣੀ ਮੰਮੀ ਪ੍ਰਿਯੰਕਾ ਤੋਂ ਮੇਕਅਪ ਟਿਪਸ ਲੈ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਵਾਇਰਲ ਹੁੰਦੀ ਦੇਖੀ ਜਾ ਰਹੀ ਹੈ। ਯੂਜ਼ਰਸ ਮਾਂ ਅਤੇ ਧੀ ਦੀ ਜੋੜੀ ਨੂੰ ਖੂਬ ਪਸੰਦ ਕਰ ਰਹੇ ਨੇ ਅਤੇ ਇਸ ਤਸਵੀਰ 'ਤੇ ਖੂਬ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਨੇ। ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਕੋਲ ਕਈ ਪ੍ਰੋਜੈਕਟਸ ਨੇ। ਉਹ ਜਸੂਸੀ ਥ੍ਰਿਲਰ ਸੀਰੀਜ਼ ਸੇਟਾਡੇਲ ਅਤੇ ਰੋਮਾਂਟਿਕ ਕਾਮੇਡੀ ਇਟਸ ਆਲ ਕਮਿੰਗ ਬੈਕ ਟੂ ਮੀ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਪ੍ਰਿਯੰਕਾ ਚੋਪੜਾ ਦੀ ਬਾਲੀਵੁੱਡ ਵਿੱਚ ਵੀ ਜਲਦ ਵਾਪਸੀ ਹੋ ਰਹੀ ਹੈ। ਉਹ ਫਿਲਮ ਜੀਲੇ ਜ਼ਰਾ ਦੇ ਵਿੱਚ ਨਜ਼ਰ ਆਵੇਗੀ। ਅਦਾਕਾਰ ਫਿਲਮ ਨਿਰਮਾਤਾ ਫਰਾਨ ਅਖਤਰ ਦੁਆਰਾ ਨਿਰਦੇਸ਼ਿਤ ਇਸ ਪ੍ਰੋਜੈਕਟ ਦੇ ਵਿੱਚ ਪ੍ਰਿਯੰਕਾ ਚੋਪੜਾ ਪਹਿਲੀ ਵਾਰ ਆਲੀਆ ਭੱਟ ਅਤੇ ਕਟਰੀਨਾ ਕੈਫ ਦੇ ਨਾਲ ਸਕਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ। ਵੱਲ ਇਸ ਤਿਕੜੀ ਨੂੰ ਹਰ ਕੋਈ ਵੱਡੇ ਪਰਦੇ 'ਤੇ ਦੇਖਣ ਲਈ ਐਕਸਾਈਟਿਡ ਹੈ। ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਕਦੋਂ ਵੱਡੇ ਪਰਦੇ 'ਤੇ ਰਿਲੀਜ਼ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਫੈਕਟ ਇਸ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ। ਦੋਸਤੋ ਗੱਲ ਕਰੀਏ ਪ੍ਰਿਯੰਕਾ ਚੋਪੜਾ ਜੋਨਸ ਦੀ ਤਾਂ ਪ੍ਰਿਯੰਕਾ ਚੋਪੜਾ ਨੇ ਨਾ ਸਿਰਫ ਬਾਲੀਵੁੱਡ ਬਲਕਿ ਹਾਲੀਵੁੱਡ ਦੇ ਵਿੱਚ ਵੀ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਵਲ ਐਕਟ੍ਰੈਸ ਅਕਸਰ ਹੀ ਲਾਈਮ ਲਾਈਟ ਦੇ ਵਿੱਚ ਬਣੀ ਰਹਿੰਦੀ ਹੈ, ਕਦੇ ਆਪਣੇ ਫਿਲਮਾਂ ਨੂੰ ਲੈ ਕੇ ਤੇ ਕਦੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ। ਉਹਦੇ ਹੀ ਹਾਲ ਫਿਲਹਾਲ ਹੀ ਪ੍ਰਿਯੰਕਾ ਚੋਪੜਾ ਨੇ ਆਪਣੀ ਬੇਟੀ ਮਾਲਤੀ ਦੇ ਨਾਲ ਬੇਹੱਦ ਹੀ ਖੂਬਸੂਰਤ ਪਲ ਸਾਂਝਾ ਕੀਤਾ ਹੈ, ਜੋ ਕਿ ਦੇਖਦੇ ਦੇਖਦੇ ਸੋਸ਼ਲ ਮੀਡੀਆ 'ਤੇ ਹੋ ਗਿਆ ਵਾਇਰਲ। ਪ੍ਰਿਯੰਕਾ ਚੋਪੜਾ ਨਾ ਸਿਰਫ ਦੇਸ਼ ਵਿੱਚ ਸਗੋਂ ਵਿਦੇਸ਼ ਮਨੋਰੰਜਨ ਉਦਯੋਗ ਵਿੱਚ ਵੀ ਆਪਣੀ ਕਾਬਲੀਅਤ ਸਾਬਿਤ ਕਰਕੇ ਇੱਕ ਗਲੋਬਲ ਆਈਕਨ ਬਣ ਗਈ ਹੈ। ਪ੍ਰਤਿਭਾਸ਼ਾਲੀ ਅਭਿਨੇਤਰੀ ਨੇ 2018 ਵਿੱਚ ਹਾਲੀਵੁੱਡ ਐਕਟਰ ਐਂਡ ਸਿੰਗਰ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਇਸ ਜੋੜੀ ਨੇ ਜਨਵਰੀ 2022 ਵਿੱਚ ਸੈਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ ਆਪਣੇ ਘਰ ਦੇ ਵਿੱਚ। ਪ੍ਰਿਯੰਕਾ ਨੇ ਇਸ ਸਾਲ ਜਨਵਰੀ ਵਿੱਚ ਆਪਣੀ ਲਾਡਲੀ ਬੇਟੀ ਮਾਲਤੀ ਮੈਰੀ ਦਾ ਚਿਹਰਾ ਪਹਿਲੀ ਵਾਰ ਸਾਹਮਣੇ ਲਿਆਂਦਾ ਸੀ। ਪ੍ਰਿਯੰਕਾ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਛੋਟੀ ਬੇਟੀ ਦੀਆਂ ਪਿਆਰੀਆਂ ਤਸਵੀਰਾਂ ਦੀ ਅਪਡੇਟ ਦਿੰਦੀ ਰਹਿੰਦੀ ਹੈ। ਅਭਿਨੇਤਰੀ ਨੇ ਹਾਲ ਹੀ ਦੇ ਵਿੱਚ ਆਪਣੀ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਬੇਟੀ ਦੇ ਨਾਲ ਆਪਣੇ ਪਿਆਰੇ ਪਲ ਦੀ ਇੱਕ ਤਸਵੀਰ ਸਾਂਝਾ ਕੀਤੀ ਹੈ। ਤਸਵੀਰ ਵਿੱਚ ਪ੍ਰਿਯੰਕਾ ਚੋਪੜਾ ਆਪਣਾ ਮੇਕਅਪ ਕਰਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਮਾਲਤੀ ਮੈਰੀ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਉਸਦਾ ਗਲੈਮਰਸ ਸੈਸ਼ਨ ਦੇਖ ਰਹੀ ਹੈ। ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਛੋਟੀ ਮਾਲਤੀ ਆਪਣੀ ਮੰਮੀ ਪ੍ਰਿਯੰਕਾ ਤੋਂ ਮੇਕਅਪ ਟਿਪਸ ਲੈ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਵਾਇਰਲ ਹੁੰਦੀ ਦੇਖੀ ਜਾ ਰਹੀ ਹੈ। ਯੂਜ਼ਰਸ ਮਾਂ ਅਤੇ ਧੀ ਦੀ ਜੋੜੀ ਨੂੰ ਖੂਬ ਪਸੰਦ ਕਰ ਰਹੇ ਨੇ ਅਤੇ ਇਸ ਤਸਵੀਰ 'ਤੇ ਖੂਬ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਨੇ। ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਕੋਲ ਕਈ ਪ੍ਰੋਜੈਕਟਸ ਨੇ। ਉਹ ਜਸੂਸੀ ਥ੍ਰਿਲਰ ਸੀਰੀਜ਼ ਸੇਟਾਡੇਲ ਅਤੇ ਰੋਮਾਂਟਿਕ ਕਾਮੇਡੀ ਇਟਸ ਆਲ ਕਮਿੰਗ ਬੈਕ ਟੂ ਮੀ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਪ੍ਰਿਯੰਕਾ ਚੋਪੜਾ ਦੀ ਬਾਲੀਵੁੱਡ ਵਿੱਚ ਵੀ ਜਲਦ ਵਾਪਸੀ ਹੋ ਰਹੀ ਹੈ। ਉਹ ਫਿਲਮ ਜੀਲੇ ਜ਼ਰਾ ਦੇ ਵਿੱਚ ਨਜ਼ਰ ਆਵੇਗੀ। ਅਦਾਕਾਰ ਫਿਲਮ ਨਿਰਮਾਤਾ ਫਰਾਨ ਅਖਤਰ ਦੁਆਰਾ ਨਿਰਦੇਸ਼ਿਤ ਇਸ ਪ੍ਰੋਜੈਕਟ ਦੇ ਵਿੱਚ ਪ੍ਰਿਯੰਕਾ ਚੋਪੜਾ ਪਹਿਲੀ ਵਾਰ ਆਲੀਆ ਭੱਟ ਅਤੇ ਕਟਰੀਨਾ ਕੈਫ ਦੇ ਨਾਲ ਸਕਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ। ਵੱਲ ਇਸ ਤਿਕੜੀ ਨੂੰ ਹਰ ਕੋਈ ਵੱਡੇ ਪਰਦੇ 'ਤੇ ਦੇਖਣ ਲਈ ਐਕਸਾਈਟਿਡ ਹੈ। ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਕਦੋਂ ਵੱਡੇ ਪਰਦੇ 'ਤੇ ਰਿਲੀਜ਼ ਹੁੰਦੀ ਹੈ।